ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ਪਿਆਰੀ ਬੱਚਿਓ ਅੱਜ ਦੀ ਆਨਲਾਈਨ ਸਵੇਰ ਦੀ ਸਵਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਮਿਤੀ ਹੈ 4 ਦਸੰਬਰ 2020 ਤੇ ਦਿਨ ਹੈ ਸ਼ੁੱਕਰਵਾਰ ਫਰਡੇ ਆਓ ਅੱਜ ਦੇ ਵਿਚਾਰ ਦੀ ਗੱਲ ਕਰੀਏ ਅੱਜ ਦਾ ਵਿਚਾਰ ਹੈ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰੋ ਪਿਆਰੀ ਬੱਚਿਓ ਰੁੱਖ ਸਾਡੀ ਧਰਤੀ ਦਾ ਸਰਮਾਇਆ ਹਨ ਸਾਡੀ ਧਰਤੀ ਨੂੰ ਹਰਿਆ-ਭਰਿਆ ਰੱਖਦੇ ਹਨ ਰੁੱਖ ਸਾਨੂੰ ਛਾਂ ਦਿੰਦੇ ਨੇ ਲੱਕੜ ਦਿੰਦੇ ਨੇ ਫਲ ਦਿੰਦੇ ਨੇ ਫੁੱਲ ਦਿੰਦੇ ਨੇ ਦਵਾਈਆਂ ਵਿੱਚ ਵੀ ਵਰਤੀ ਜਾਂਦੇ ਤਾਂ ਪਿਆਰੇ ਬੱਚਿਓ ਸਾਡੇ ਤੋਂ ਇਹ ਕੁਝ ਨਹੀਂ ਮੰਗਦੇ ਇਹ ਸਿਰਫ ਸਾਡੇ ਤੋਂ ਥੋੜੀ ਜਿਹੀ ਸੰਭਾਲ ਮੰਗਦੇ ਨੇ ਸਾਨੂੰ ਵੱਧ ਵੱਧ ਰੁੱਖ ਲਾਉਣੇ ਚਾਹੀਦੇ ਨੇ ਨਾ ਕਿ ਕੱਟਣੇ ਚਾਹੀਦੇ ਕਿਉਂਕਿ ਜੇਕਰ ਅਸੀਂ ਧਰਤੀ ਤੋਂ ਰੁੱਖ ਕੱਟਦੇ ਜਾਵਾਂਗੇ ਰੁੱਖਾਂ ਦੀ ਗਿਣਤੀ ਘਟਦੀ ਗਈ ਤਾਂ ਸਾਨੂੰ ਸ਼ੁੱਧ ਤੇ ਸਾਫ਼ ਹਵਾ ਨਹੀਂ ਮਿਲਣੀ ਤਾਂ ਸਾਡਾ ਜੀਵਨ ਦੁੱਪਰ ਹੋ ਜਾਏਗਾ ਦੂਸਰੇ ਪਾਸੇ ਦੇਖੀਏ ਤਾਂ ਪਾਣੀ ਜਿਉਂਦੇ ਰਹਿਣ ਲਈ ਮਨੁੱਖ ਨੂੰ ਪਾਣੀ ਦੀ ਬਹੁਤ ਲੋੜ ਹੈ ਧਰਤੀ ਉੱਤੇ ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਪਿਆਰੇ ਬੱਚਿਓ ਇਸ ਕਰਕੇ ਜਲ ਸਰੋਤਾਂ ਨੂੰ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਤੇ ਕਦੇ ਵੀ ਉਹਨਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸਾਡਾ ਜੀਵਨ ਜਿਹੜਾ ਹੈਗਾ ਉਹ ਸੰਭਵਿਤ ਹੋ ਜਾਏਗਾ ਇਸ ਕਰਕੇ ਪਿਆਰੇ ਬੱਚਿਓ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰੋ 11 ਵਿਗਿਆਨ ਪਹਿਲਾ ਪ੍ਰਸ਼ਨ ਹਮਾਇੂ ਦਾ ਮਕਬਰਾ ਕਿੱਥੇ ਸਥਿਤ ਹੈ ਤਾਂ ਪਿਆਰੇ ਬੱਚਿਓ ਹਮਾਇੂ ਦਾ ਮਕਬਰਾ ਜਿਹੜਾ ਹੈ ਉਹ ਦਿੱਲੀ ਵਿੱਚ ਸਥਿਤ ਹੈ ਅਗਲਾ ਪ੍ਰਸ਼ਨ 로ਜ਼ ਗਾਰਡਨ ਕਿੱਥੇ ਸਥਿਤ ਹੈ ਪਿਆਰੇ ਬੱਚਿਓ ਰੋਜ਼ ਗਾਰਡਨ ਚੰਡੀਗੜ੍ਹ ਵਿੱਚ ਸਥਿਤ ਹੈ ਉਸ ਦਾ ਨਾਮ ਜਾਕੇ ਰੋਜ਼ਹਾਨ ਰੋਜ਼ ਗਾਰਡਨ ਹੈ ਅਗਲਾ ਪ੍ਰਸ਼ਨ ਸਾਡੇ ਰਾਸ਼ਟਰੀ ਝੰਡੇ ਦੀ ਚੁੜਾਈ ਅਤੇ ਲੰਬਾਈ ਦਾ ਕੀ ਅਨੁਪਾਤ ਹੈ ਤਾਂ ਪਿਆਰੇ ਬੱਚਿਓ ਸਾਡੇ ਰਾਸ਼ਟਰੀ ਝੰਡੇ ਦੀ ਚੁੜਾਈ ਅਤੇ ਲੰਬਾਈ ਦਾ ਅਨੁਪਾਤ 2 ਅਨੁਪਾਤ 3 ਹੈ ਅਗਲਾ ਪ੍ਰਸ਼ਨ ਸਭ ਤੋਂ ਛੋਟਾ ਪੰਛੀ ਕਿਹੜਾ ਹੁੰਦਾ ਹੈ ਪਿਆਰੇ ਬੱਚਿਓ ਸਭ ਤੋਂ ਛੋਟਾ ਪੰਛੀ ਹੰਮਿੰਗ ਵਰਡ ਹੁੰਦਾ ਹੈ। ਅੱਜ ਦਾ ਆਖਰੀ ਪ੍ਰਸ਼ਨ ਪਿੰਡ ਦੀ ਪੰਚਾਇਤ ਕਿੰਨੇ ਸਮੇਂ ਲਈ ਚੁਣੀ ਜਾਂਦੀ ਹੈ? ਪਿਆਰੇ ਬੱਚਿਓ, ਪਿੰਡ ਦੀ ਪੰਚਾਇਤ 5 ਸਾਲਾਂ ਲਈ ਚੁਣੀ ਜਾਂਦੀ ਹੈ। ਆਓ ਬੁਝੀਏ। ਅੱਜ ਦੀ ਬੁਝਾਰਤ ਕਿ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਨ ਪਿਆਰੇ ਬੱਚਿਓ ਸੋਚੋ कि मिट्टी का कौड़ा लोहे की लगाम के उत्ते बैठा खुदकद पठान तो इसका उत्तर है चुला तवा आते रोटी तो प्यारे बच्चे चुला मिट्टी का हों तवा का हों रोटी जो उपर फुल ना ऐ लगता जिमें कोई पलवान होंगे पठान है तो इसका उत्तर है चुल्हा तवा रोटी वर्ड्स फॉर प्रैक्टिस पहला है बी डबल ई पी बीप दूजा है डी डबल ई पी डी तीजा है के डबल ई पी की चौथा डबल्यू डबल ई पी व्हीपवें है, है एच डबल ई पी ही तो एक बार दोहरा लीए अपा बीप डीप कीप वीप हीप प्यारे बच्चों इन्हों प्रश्न उत्तर शब्दों याद रखना है ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ